ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆ ਤੁਹਾਡਾ ਟੂਰ ਸਟੱਡੀ ਕਲਾਸ ਇਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ BA semesters 2 ਸਬਜੈਕਟ ਇੰਗਲਿਸ਼ ਕਮਿਊਨੀਕੇਸ਼ਨ ਸਕਿੱਲ ਇਸ ਦਾ ਜਿਹੜੇ ਕਿ ਆਪਾਂ ਰੈਗੂਲਰ ਤੇ ਪ੍ਰਾਈਵੇਟ ਦੋਨਾਂ ਸਟੂਡੈਂਟਸ ਦੇ ਲਈ ਆਪਾਂ ਇਸ ਵੀਡੀਓ ਦੇ ਵਿੱਚ ਦੇਖਾਂਗੇ ਕਿ ਕਿੰਨੇ ਮਾਰਕਸ ਵਾਲਾ ਜਿਹੜੇ ਕਿ ਬੱਚਾ ਪਾਸ ਹੋ ਸਕਦਾ ਠੀਕ ਹੈ ਤੇ ਇਸ ਦੇ ਵਿੱਚੋਂ ਕੀ ਵੈਰੀ ਸ਼ਾਰਟ ਕੁਐਸਚਨ ਆਨਸਰ ਆਉਣੇ ਨਹੀਂ ਜੇ ਤੁਹਾਨੂੰ ਨਹੀਂ ਆਉਣੇ ਤੇ ਕਿੰਨੇ ਮਾਰਕਸ ਦੇ ਤੁਹਾਡੀ ਗ੍ਰਾਮਰ ਪਾਰਟ ਆ ਤੇ ਕਿੰਨੇ ਮਾਰਕਸ ਦੇ ਤੁਹਾਡੇ ਜਿਹੜੇ ਕਿ ਕੁਐਸਚਨ ਆਨਸਰ ਸਾਰਾ ਸਿਲੇਬਸ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਸੋ ਵੀ ਡੋਨਟ ਐਂਡ ਤੱਕ ਦੇਖਣਾ ਸਭ ਤੋਂ ਪਹਿਲਾਂ ਤਾਂ ਸਟੂਡੈਂਟਸ ਆਪਾਂ ਰੈਗੂਲਰ ਤੇ ਪ੍ਰਾਈਵੇਟ ਦੋਨਾਂ ਬੱਚਿਆਂ ਦਾ ਦੇਖਾਂਗੇ ਤੇ ਡ ਪਰ ਤਾਂ ਰੈਗੂਲਰ ਵਾਲੇ ਬੱਚੇ ਤੁਹਾਨੂੰ ਜਿਹੜਾ ਕਿ ਐਗਜ਼ਾਮ ਹੈ ਇਹ 75 ਅੰਕਾ ਲਾਉਣਾ 75 ਮਾਰਕਸ ਦਾ ਤੁਹਾਨੂੰ ਜਿਹੜਾ ਕਿ ਐਕਸਟਰਨਲ ਐਗਜ਼ਾਮ ਆਉਣਾ ਤੇ ਤੁਹਾਡੀ ਜਿਹੜੀ ਕਾਲਜ ਦੇ ਵਿੱਚੋਂ ਮਤਲਬ ਕੀ ਸੀਸੀ ਜਾਣੀ ਐ ਅਸੈਸਮੈਂਟ ਜਾਣੀ ਉਹ 25% ਦੀ ਜਾਣੀ ਮਤਲਬ ਕਿ 25 ਮਾਰਕਸ ਦੀ ਜਾਣੇ ਆ 25 25 ਮਾਰਕਸ ਦੀ ਤੁਹਾਡੀ ਇੰਟਰਨਲ ਅਸੈਸਮੈਂਟ ਹੈ ਜਿਸ ਦੇ ਵਿੱਚੋਂ ਕਾਲਜ ਵਾਲੇ ਜਿੰਨੇ ਵੀ ਲਗਾਉਣਗੇ ਕੋਈ 20 ਕੋਈ 21 22 23 24 25 ਠੀਕ ਹੈ ਐਵੇਂ ਲਗਾਉਣਗੇ ਤੇ 75 ਅੰਕਾਂ ਦਾ 75 ਮਾਰਕਸ ਦਾ ਤੁਹਾਡਾ ਜਿਹੜਾ ਕਿ ਐਗਜ਼ਾਮ ਹੋਣਾ ਸੋ ਇਹਦੇ ਵਿੱਚੋਂ ਪਾਸ ਕਿੰਨੇ ਮਾਰਕਸ ਵਾਲਾ ਹੋਊਗਾ ਪਾਸ ਮਾਰਕਸ ਹੈਗੇ ਨਾ 35% 35% दा, 75 ਦਾ ਆਪਾਂ 75 ਦਾ 75 ਦਾ ਆਪਾਂ 35% ਜਦੋਂ ਕੱਢਦੇ ਆ ਤਾਂ ਆਪਣੇ ਕੋਲ ਆਉਂਦਾ 26.25 26.25 ਆਪਣਾ ਬਣਦਾ ਮਤਲਬ ਕਿ ਆਪਾਂ ਇਹ ਲਗਾ ਕੇ ਚੱਲੋ ਕਿ ਤੁਸੀਂ 26 ਔਰ 27 ਮਾਰਕਸ ਲੈਣੇ ਨੇ ਪਾਸ ਹੋਣ ਦੇ ਲਈ ਠੀਕ ਹੈ ਪਾਸਿੰਗ ਪਾਸਿੰਗ ਮਾਰਕਸ ਹੈਗੇ ਤੁਹਾਡੇ 26 ਠੀਕ ਹੈ 26 ਕਿਉਂਕਿ ਇਹ 25 ਆ ਅਗਰ ਇਹ 25 ਆ 26.25 ਆਗਰ ਇਹ ਸਿੱਧਾ 50 ਹੁੰਦਾ ਦੈਨ ਆਪਾਂ ਸਿੱਧਾ ਆਪਣਾ ਇਹ ਨੰਬਰ ਇਨਕਰੀਜ਼ ਹੋ ਜਾਣਾ ਫਿਰ ਆਪਣਾ ਇਹ 27 ਬਣ ਜਾਂਦੇ ਸੋ ਇੰਨੇ ਮਾਰਕਸ ਤਾਂ ਉਹਨੂੰ ਪਾਸ ਹੋਣ ਲਈ ਚਾਹੀਦੇ ਨੇ ਦਨ ਤੁਹਾਡਾ ਸਿਲੇਬਸ ਆ ਜਿਹੜਾ ਕੀ ਜਿਹੜੇ ਪ੍ਰਾਈਵੇਟ ਵਾਲੇ ਸਟੂਡੈਂਟਸ ਨੇ ਤੇ ਸੀਸੀ ডিপਾਰਟਮੈਂਟ ਵਾਲੇ ਨੇ ਉਹਨਾਂ ਨੂੰ 35 ਮਾਰਕਸ ਚਾਹੀਦੇ ਨੇ ਕਿਉਂਕਿ ਉਹਨਾਂ ਦਾ ਪੇਪਰ ਆਹੋ 100 ਮਾਰਕਸ ਦਾ ਹੋਣਾ 100 ਮਾਰਕਸ ਦਾ ਪੇਪਰ ਹੋਣਾ ਤੁਹਾਨੂੰ ਪਾਸ ਹੋਣ ਲਈ 35 ਅੰਕ ਚਾਹੀਦੇ ਨੇ ਸਿਲੇਬਸ ਤੁਸੀਂ ਦੇਖ ਸਕਦੇ ਹੋ ਸਿਲੇਬਸ ਇਹ ਤੁਹਾਡੇ ਜਿਹੜੇ ਪੁਆਇੰਟਸ ਨੇ 10 ਪੁਆਇੰਟਸ ਨੇ 10 ਪੁਆਇੰਟਸ ਦੇ ਵਿੱਚ ਪਾਰਟ ਬਣੇ ਹੋਏ ਨੇ ਪਾਰਟ A ਦੇ ਵਿੱਚ ਫਰਸਟ 5 ਨੇ ਪਾਰਟ B ਦੇ ਵਿੱਚ 6 ਤੋਂ ਲੈ ਕੇ 10 ਤੱਕ ਲਈ ਤੁਸੀਂ ਇਹਦੇ ਵਿੱਚੋਂ ਕੋਈ 1-1 ਪੁਆਇੰਟ ਛੱਡ ਸਕਦੇ ਹੋ 1-1 ਪੁਆਇੰਟ ਛੱਡ ਸਕਦੇ ਹੋ ਸੋ ਪੁਆਇੰਟ ਦੀ ਤੁਸੀਂ ਮੇਨ ਆਈਡੀਆ ਜਾਂ ਸਮਰੀ ਇੱਕ ਹੀ ਕੁਐਸਚਨ ਕਰੋ ਇੱਕ ਹੀ ਕੁਐਸਚਨ ਤੁਹਾਡਾ ਜਿਹੜੇ ਕਿ ਕੰਟੈਕਸ ਐਕਸਪਲੇਨੇਸ਼ਨ ਦੇ ਵਿੱਚ ਕੰਮ ਆ ਜਾਊਗਾ ਰੈਫਰੈਂਸ ਵਾਲੇ ਜਿਹਦੇ ਵਿੱਚ ਤੁਸੀਂ ਪ੍ਰਸੰਗ ਸਹਿਤ ਵਿਆਖਿਆ ਇੰਗਲਿਸ਼ ਵਾਲੀ ਕਰਨੀ ਆ ਉਹਦੇ ਵਿੱਚ ਕੰਮ ਆ ਜਾਊਗਾ ਵਿੱਚ ਤੁਹਾਡੇ ਜਿਹੜੇ ਕਿ ਸਮਰੀ ਕੰਮ ਆ ਜਾਊਗੀ ਨੈਕਸਟ ਤੁਹਾਡੇ ਗ੍ਰਾਮਰ ਗ੍ਰਾਮਰ ਪੋਰਸ਼ਨ ਦੇ ਵਿੱਚੋਂ ਜਿਹੜੇ ਕਿ ਇਹ ਕਿੰਨੇ ਮਾਰਕਸ ਦਾ ਹੋਣਾ ਤਾਨੂੰ ਜਿਹੜੇ ਸਮਰੀ ਪੋਇਮਸ ਦੀ ਆਉਣੀ ਆ ਜਿਹੜਾ ਫਸਟ ਏ ਪਾਰਟ ਏ ਪੋਰਸ਼ਨ ਦੇ ਵਿੱਚ ਹੋਊਗਾ ਉਹ 11 ਮਾਰਕਸ ਦਾ ਹੋਊਗਾ ਰੈਗੂਲਰ ਵਾਲੇ ਬੱਚਿਆਂ ਦੇ ਲਈ ਤੇ ਜਿਹੜੇ ਬਾਅਦ ਦੇ ਵਿੱਚ ਆਪਾਂ ਸੀਸੀ ਡਿਪਾਰਟਮੈਂਟ ਤੇ ਪ੍ਰਾਈਵੇਟ ਵਾਲਿਆਂ ਦਾ ਦੇਖਾਂਗੇ ਤੇ ਜਿਹੜਾ ਦੂਜਾ ਕੁਐਸਚਨ ਹੋਊਗਾ ਮਤਲਬ ਕਿ ਸੈਕੰਡ ਪਾਰਟ ਦੇ ਵਿੱਚ ਹੋਊਗਾ ਉਹ ਤੁਹਾਨੂੰ 10 ਮਾਰਕਸ ਦਾ ਹੋਊਗਾ ਠੀਕ ਹੈ ਤੇ ਇਹਦੇ ਵਿੱਚ ਏ ਮਿਸਟੇਕਸ ਨਹੀਂ ਕਰਨੇ ਤੁਸੀਂ ਸਪੈਲਿੰਗ ਮਿਸਟੇਕ ਨਹੀਂ ਹੋਣੀ ਚਾਹੀਦੀ ਇੰਗਲਿਸ਼ ਦੇ ਵਿੱਚ ਪਾਸ ਹੋਣ ਦੇ ਲਈ ਇਹੀ ਫਾਰਮੂਲਾ ਹੁੰਦਾ ਹੈ ਕਿ ਤੁਹਾਡੇ ਜਿਹੜੇ ਕਿ ਸਪੈਲਿੰਗ ਮਿਸਟੇਕ ਨਾ ਹੋਣ ਜਿੰਨਾ ਵੀ ਲਿਖੋ ਤੁਸੀਂ ਸਪੈਲਿੰਗ ਵਿਦਆਊਟ ਮਿਸਟੇਕ ਲਿਖੋ ਠੀਕ ਹੈ ਕਟਿੰਗ ਨਹੀਂ ਕਰਨੀ ਓਵਰ ਕਟਿੰਗ ਨਹੀਂ ਕਰਨੀ ਅਗਰ ਤੁਹਾਡਾ ਕੁਝ ਮਿਸਟੇਕ ਹੋ ਜੇ ਤਾਂ ਉਹਨੂੰ ਓਵਰ ਕੱਟ ਨਹੀਂ ਕਰਨਾ ਹੈਗਾ ਧਿਆਨ ਦੇ ਨਾਲ ਐਗਜ਼ਾਮ ਕਰਨਾ ਸੋ ਪਾਸਿੰਗ ਅਗਰ ਆਪਾਂ ਤੁਹਾਡਾ ਫਾਰਮੂਲਾ ਡਿਸਕਸ ਕਰੀਏ ਇਹਦੇ ਵਿੱਚ ਤਾਂ ਇਹਦੇ ਵਿੱਚੋ ਜਿਵੇਂ ਇਹ ਜਾਂ ਤਾਂ ਫਰਸਟ ਤੇ ਵੀ ਫਾਸਟ ਦੇ ਵਿੱਚ ਪਹਿਲੀਆਂ 5 ਸੈਕਿੰਡ ਦੇ ਵਿੱਚ 6 ਤੋਂ ਲੈ ਕੇ 10 ਤੱਕ ਤੁਸੀਂ ਪਹਿਲਾਂ 3-3 ਵੀ ਕਰ ਸਕਦੇ ਹੋ ਇੱਕ ਤੋਂ ਲੈ ਕੇ 3 ਤੱਕ ਇਹਦੀਆਂ 1 ਤੋਂ ਲੈ ਕੇ 3 ਤੱਕ ਐਵੇਂ ਵੀ ਕਰ ਸਕਦੇ ਹੋ ਠੀਕ ਹੈ ਜਦ ਬੈਕ ਤੋਂ ਇਕੱਠੀਆਂ 3 ਅਗਲੀਆਂ ਇਕੱਠੀਆਂ 3 ਐਵੇਂ ਬਟ ਇਹਨਾਂ ਦੇ 5-5 ਪਾਰਟ ਬਣਾ ਕੇ ਜਾਂ ਤੇ ਇਹਦੀਆਂ ਪਹਿਲੀਆਂ 3 ਜਾਂ ਬੈਕ ਤੋਂ ਇਹਦੀਆਂ 3 ਜਾਂ ਇਹਦੀਆਂ ਪਹਿਲੀਆਂ 3 ਜਾਂ ਇਹਦੇ 3 ਠੀਕ ਹੈ ਐਵੇਂ ਸਮਰੀ ਤੇ ਚੈਨਲ ਤੇ ਬਹੁਤ ਈਜ਼ੀ ਵਰਡਿੰਗ ਦੇ ਵਿੱਚ ਕਰਵਾਇਆ ਹੋਣਾ ਤੁਸੀਂ ਉੱਥੋਂ ਵੀ ਵਿਜ਼ਿਟ ਕਰਕੇ ਜਿਹੜੇ ਕੀ ਦੇਖ ਸਕਦੇ ਹੋ ਤੇ ਉਹਦੇ ਜਿਹੜੇ ਕਿ ਪਲੇਲਿਸਟ ਬਣੀ ਹੋਈ ਹੈ ਉਸ ਦਾ ਮੈਂ ਕਮੈਂਟ ਬਾਕਸ ਦੇ ਵਿੱਚ ਪਿੰਨ ਕਰ ਦੂੰਗੀ ਤੁਸੀਂ ਉਤੋਂ ਦੇਖ ਸਕਦੇ ਹੋ ਦੈਨ ਉਸ ਤੋਂ ਬਾਅਦ ਅੱਗੇ ਸੈਕੰਡ ਯੂਨਿਟ ਦੇ ਵਿੱਚ ਤੁਹਾਨੂੰ ਜਿਹੜੇ ਕਿ ਸਟੈਂਜ ਆਉਣਾ ਸਟੈਂਜੇ ਆਉਣਗੇ ਤੁਹਾਨੂੰ ਤਿੰਨ ਤਿੰਨ ਸਟੈਂਜੇ ਆਉਣਗੇ ਤਿੰਨ ਸਟੈਂਜੇ ਦੇ ਵਿੱਚੋਂ ਯੂ ਕੈਨ ਅਟੈਂਪਟ ਐਨੂ 2 ਤੁਸੀਂ ਕੋਈ ਦੋ ਕਰਨੇ ਹੋਣਗੇ ਜਿਹੜੇ ਤੁਹਾਨੂੰ ਚੰਗੇ ਤਰੀਕੇ ਨਾਲ ਆਉਂਦੇ ਹੋਣਗੇ ਸਟੈਂਜੇ ਇੰਪੋਰਟੈਂਟ ਜਿਹੜੇ ਕਿ ਪ੍ਰੀਵੀਅਸ ਜਿਹੜੇ ਐਗਜ਼ਾਮ ਦੇ ਵਿੱਚ ਆਏ ਹੋਏ ਨੇ ਉਹ ਆਪਾਂ ਵੀਡੀਓ ਅਪਲੋਡ ਕਰ ਚੁੱਕੇ ਤੁਸੀਂ ਉਸ ਵੀਡੀਓ ਨੂੰ ਜ਼ਰੂਰ ਵਾਚ ਕਰੋ ਕਿਉਂਕਿ ਉਹਦੇ ਵਿੱਚ ਸਾਰਾ ਦੱਸਿਆ ਹੋਇਆ ਹੈ ਕਿ ਇਹ ਕਿਹੜੇ-ਕਿਹੜੇ ਇਅਰ ਦੇ ਵਿੱਚ ਆਏ ਹੋਏ ਨੇ ਅਕਸਰ ਜਿਹੜੇ ਕਿ ਰਿਪੀਟ ਹੋ ਜਾਂਦੇ ਨੇ ਤੇ ਦੂਜਾ ਆਪਾਂ ਨੇ ਗ੍ਰਾਮਰ ਸੈਕਸ਼ਨ ਉਹ ਵੀ ਦੋ ਜਿਹੜੇ ਕਿ ਪ੍ਰੀਵੀਅਸ ਐਗਜ਼ਾਮ ਉਹ ਵੀ ਸੋਲਵ ਕੀਤੇ ਹੋਏ ਤੁਸੀਂ ਉਹਨਾਂ ਨੂੰ ਵੀ ਜ਼ਰੂਰ ਵਾਚ ਕਰੋ ਇਦੇ ਵਿੱਚ ਜਿਹੜਾ ਕਿ ਕੰਟੈਕਸਟ ਸਟੈਂਜੇ ਸਟੈਂਜੇ ਦੇ ਵਿੱਚ ਜਿਹੜਾ ਤੁਸੀਂ ਕੰਟੈਕਸਟ ਦੇਣਾ ਕੰਟੈਕਸਟ ਦੇ ਵਿੱਚ ਤੁਸੀਂ ਲਿਖ ਸਕਦੇ ਦੀਸ ਲਾਈਨਸ ਹੈਵ ਬੀਨ ਟੇਕਨ ਫਰੋਮ ਦਾ ਪੋਇਮ ਪੋਇਮ ਦਾ ਨਾਮ ਰਿਟਨ ਬਾਈ ਕਿਹੜੇ ਰਾਈਟਰ ਦਾ ਪੋਇਟ ਇਟ ਇਜ਼ ਅ ਸ਼ਾਰਟ ਪੋਇਮ ਟੂ ਗਿਵ ਅਸ ਅ ਗੁੱਡ ਮੈਸੇਜ ਇਸ ਤੋਂ ਬਾਅਦ ਤੁਸੀਂ ਉਹਦੇ ਇੰਟਰੋਡਕਸ਼ਨ ਚੋ ਲਾਈਨਾਂ ਲਿਖਣੀਆਂ ਨੇ ਕੰਟੈਕਸਟ ਦੇ ਵਿੱਚ ਫਿਰ ਉਹਦੀ ਐਕਸਪਲੇਨੇਸ਼ਨ ਤੁਸੀਂ ਲਿਖਣੀ ਐ ਐਕਸਪਲੇਨੇਸ਼ਨ ਦੇ ਵਿੱਚ ਅਗਰ ਤੁਹਾਨੂੰ ਨਹੀਂ ਯਾਦ ਹੈਗਾ ਕੁਛ ਤਾਂ ਉਹ ਕਿਹੜੀ ਪੋਇਮ ਹੈ ਉਹ ਕਿਵੇਂ ਪਛਾਣ ਕਰਨੀ ਉਹ ਵੀ ਆਪਾਂ ਨੇ ਸਟੈਂਜਾ ਕਰਵਾਏ ਹੋਏ ਨੇ ਹਰ ਇੱਕ ਪੋਇਮ ਦੇ ਸਟ ਪਹਿਚਾਨ ਕੀ ਠੀਕ ਹੈ ਉਹਦੇ ਵਿੱਚ ਤੁਸੀਂ ਕਰ ਸਕਦੇ ਹੋ ਤੇ ਐਕਸਪਲੇਨੇਸ਼ਨ ਦੇ ਵਿੱਚ ਤੁਸੀਂ ਜਿਹੜੇ ਕਿ ਉਹਦੀ ਸਮਰੀ ਲਿਖ ਸਕਦੇ ਹੋ ਦੈਨ ਟ੍ਰਾਂਸਲੇਸ਼ਨ ਟ੍ਰਾਂਸਲੇਸ਼ਨ ਸਟੂਡੈਂਟਸ ਤੁਹਾਨੂੰ ਆਉਗੀ ਇਹ ਆਉਣੀਆਂ ਰੈਗੂਲਰ ਵਾਲੇ ਸਟੂਡੈਂਟਸ ਨੇ ਜਿਹੜੇ ਉਹਨਾਂ ਨੂੰ 10 ਮਾਰਕਸ ਦੀ ਆਉਣੀ ਹੈ ਸੋ ਜਿਹੜੇ ਸਟੈਂਜਾ ਨੇ ਉਹਨਾਂ ਨੂੰ 2 ਆਉਣਗੇ ਜਿਹੜੇ 6 6 ਮਾਰਕਸ ਦੇ ਟੋਟਲ 12 ਮਾਰਕਸ ਦੇ ਤੇ ਪ੍ਰਾਈਵੇਟ ਵਾਲੇ ਸਟੂਡੈਂਟਸ ਦੇ ਲਈ ਇਹ ਵੱਧ ਮਾਰਕਸ ਦੇ ਹੋਣਗੇ ਉਹਨਾਂ ਦੇ ਲਈ ਉਹਨਾਂ ਦੇ ਲਈ ਜਿਹੜੇ ਫਰਸਟ ਵਾਲੇ ਕੁਐਸਚਨ ਨੇ ਹੀ 15 15 ਮਾਰਕਸ ਦੇ ਨੇ 15 15 ਅੰਕਾਂ ਦੇ ਤੇ ਉਹਨਾਂ ਦੀ ਪ੍ਰਸੰਗ ਸਹਿਤ ਵਿਆਖਿਆ ਜਿਹੜੀ ਕਿ ਸਟੈਂਜੇ ਇਹ 2 ਜਿਹੜੇ ਉਹਨਾਂ ਨੇ ਕਰਨੇ ਹੋਣਗੇ ਉਹ 15 ਮਾਰਕਸ ਦੇ ਹੋਣਗੇ 7 7.5 7.5 ਦਾ ਹੋਗਾ ਸਾਢੇ 7 ਸਾਢੇ 7 ਦੇ ਇੱਕ ਹੋਊਗਾ ਟਰਾਂਸਲੇਸ਼ਨ ਤੁਹਾਨੂੰ 10 ਮਾਰਕਸ ਦੀ ਆਉਣੀ ਹੈ ਦੈਨ ਤੁਹਾਨੂੰ ਹੋਊਗੀ ਗ੍ਰਾਮਰ ਸੈਕਸ਼ਨ ਗ੍ਰਾਮਰ ਸੈਕਸ਼ਨ ਬੀ ਪੋਰਸ਼ਨ ਦੇ ਵਿੱਚ ਬਹੁਤ ਜ਼ਿਆਦਾ ਘੱਟ ਨੇ ਤੁਸੀਂ ਬੀ ਪੋਰਸ਼ਨ ਵਾਲੇ ਪੱਕਾ ਕਰੋ ਕਿਉਂਕਿ ਇਹਨਾਂ ਦੇ ਵਿੱਚੋਂ ਵੀ ਤੁਹਾਨੂੰ 16 ਮਾਰਕਸ ਦੀ ਆਉਣੀ ਆ ਤੇ ਏ ਪੋਰਸ਼ਨ ਦੇ ਵਿੱਚੋਂ ਵੀ ਸਟਾਰਟਿੰਗ ਵਾਲੇ ਜਿਹੜੇ ਯੂਨਿਟਸ ਨੇ ਉਹਨਾਂ ਚੋਂ ਵੀ ਤੁਹਾਨੂੰ 16 ਮਾਰਕਸ ਦੀ ਆਉਣੀ ਆ ਸੋ ਅਗਰ ਤੁਸੀਂ ਪਾਸਿੰਗ ਫਾਰਮੂਲਾ ਦੇਖਣਾ ਚਾਹੁੰਦੇ ਤਾਂ ਇਹਨਾਂ ਨੂੰ ਜ਼ਰੂਰ ਅਟੈਂਪਟ ਕਰੋ ਠੀਕ ਹੈ ਅਟੈਂਪਟ ਸਾਰੀ ਚੀਜ਼ ਕਰਨੀ ਆ ਬਟ ਇਹ ਆ ਕਿ ਇਹਨਾਂ ਨੂੰ ਤੁਸੀਂ ਇੱਕ ਦਿਨ ਦੇ ਵਿੱਚ ਸਾਰੇ ਕਵਰ ਕਰ ਸਕਦੇ ਤੁਸੀਂ ਠੀਕ ਹੈ ਇਹ ਯਾਦ ਰੂਲਸ ਕਿਵੇਂ ਕਰਨੀਆਂ ਨੇ ਤੇ ਇਹਨਾਂ ਦੇ ਵਿੱਚ ਜਿਹੜੇ ਇਹ ਹੋਣਗੇ ਸਟੂਡੈਂਟਸ ਤੁਹਾਨੂੰ 10 10 ਹੋਣਗੇ ਠੀਕ ਹੈ 10 a ਸੈਕਸ਼ਨ ਦੇ ਵਿੱਚ ਆਉਣਗੇ ਸੈਂਟੈਂਸ ਤੇ b ਸੈਕਸ਼ਨ ਦੇ ਵਿੱਚੋਂ ਵੀ ਤੁਹਾਨੂੰ 10 ਆਉਣਗੇ ਯੂ ਕੈਨ ਅਟੈਂਪਟ ਐਨੀ 8 ਤੁਸੀਂ ਕੋਈ 8-8 ਕਰਨੇ ਹੋਣਗੇ ਤੇ ਹਰ ਜੋ ਵੀ ਤੁਸੀਂ ਇੱਕ ਸੈਂਟੈਂਸ ਜੋ ਵੀ ਗ੍ਰਾਮਰ ਦਾ ਕਰੋਗੇ ਉਹ 2 ਮਾਰਕਸ ਦਾ ਹੋਊਗਾ ਸੋ ਤੁਸੀਂ 8 ਉਹੀ ਚੁਣਨੇ ਨੇ ਜਿਹੜੇ ਤੁਹਾਨੂੰ ਆਉਂਦੇ ਹੋਣਗੇ ਇਹ ਨਾ ਹੋਵੇ ਕਿ ਤੁਸੀਂ ਤੁਹਾਨੂੰ ਤੁਸੀਂ ਇਹ ਸੋਚੋ ਕਿ ਸੰਤ ਤੁਹਾਨੂੰ ਦਾ 10 ਦੇ 10 ਆਉਂਦੇ ਨੇ ਤੁਸੀਂ ਸਾਰੇ ਹੀ ਕਰਨ ਬੈਠ ਜਾਓ ਤਾਂ ਮਾਰਕਸ ਸਾਰੇ ਦੇ ਨਹੀਂ ਮਿਲਣੇ ਹੈਗੇ ਓਨਲੀ ਤੁਹਾਨੂੰ 10 ਦੇ ਹੀ ਮਿਲਣ ਮਤਲਬ ਕਿ 8 ਦੇ ਹੀ ਮਿਲਨੇ ਨੇ 10 ਦੇ ਵਿੱਚੋਂ 8 ਦੇ ਹੀ ਮਿਲਨੇ ਨੇ ਕਿਉਂਕਿ ਉਹਨਾਂ ਨੇ ਲਿਖਿਆ ਹੋਇਆ ਅਟੈਂਪਟ ਐਨੀ 8 ਤੁਸੀਂ 8 ਹੀ ਕਰੋ ਓ ਅਟੈਂਪਟ ਕਰਨੇ ਨੇ 8 ਜਿਹੜੇ ਤੁਹਾਨੂੰ ਆਉਂਦੇ ਹੋਣਗੇ ਠੀਕ ਹੈ ਕਈ ਵਾਰ ਬੱਚੇ ਕੀ ਕਰਦੇ ਨੇ ਜਿਵੇਂ 10 ਦੇ 10 ਆਏ ਹੋਏ ਨੇ ਤਾਂ ਇਹ ਪੋਰਸ਼ਨ ਦੇ ਵਿੱਚੋਂ 10 ਦੇ 10 ਕਰ ਦਿੰਦੇ ਨੇ ਅਮ ਬਲਕਿ ਉਹਨਾਂ ਨੂੰ 4th ਜਾਂ 5th 6th ਉਹਨਾਂ ਨੂੰ ਨਹੀਂ ਆਉਂਦਾ ਹੁੰਦਾ ਉਹ ਫਿਰ ਵੀ ਅਟੈਂਪਟ ਕਰ ਜਾਂਦੇ ਨੇ ਤੇ ਲਾਸਟ ਵਾਲੇ ਉਹਨਾਂ ਦੇ ਠੀਕ ਹੁੰਦੇ ਨੇ ਤਾਂ ਯੂਨੀਵਰਸਿਟੀ ਦੇ ਵਿੱਚ ਸਾਰਿਆਂ ਦੇ ਵਿੱਚ ਇਹੀ ਰੂਲ ਹੁੰਦਾ ਹੁੰਦਾ ਉਹਨਾਂ ਦੇ ਜਿੱਥੇ ਲਿਖਾ ਹੁੰਦਾ ਵੀ ਅਟੈਂਪਟ ਐਨੀ ਐਨ ਨੇ ਜਿੰਨੇ ਵੀ ਅਟੈਂਪਟ ਕਰ ਰਹੇ ਤਾਂ ਪਹਿਲੇ ਹੀ ਚੱਕ ਹੁੰਦੇ ਹੁੰਦੇ ਨੇ ਠੀਕ ਹੈ ਬਾਕੀ ওভার ਅਟੈਂਪਟ ਦੇ ਵਿੱਚ ਚਲੇ ਜਾਂਦੇ ਨੇ ਸੋ ਉਹਨਾਂ ਨੂੰ ਉਹਨਾਂ ਤੇ ਹੀ ਫੋਕਸ ਕਰੋ ਜਿੰਨੇ ਕਿਹਾ ਹੋਇਆ ਇਨਸਟਰਕਟ ਕੀਤਾ ਹੋਇਆ ਉਹਨਾਂ ਤੇ ਹੀ ਫੋਕਸ ਕਰਨਾ ਉਹਦੇ ਵਿੱਚ ਤੁਸੀਂ ਕੋਈ 8 ਹੋਵ ਚੁਣਨੇ ਨੇ ਜਿਹੜੇ ਤੁਹਾਨੂੰ ਆਉਂਦੇ ਹੋਣਗੇ ਇਹ ਰੈਗੂਲਰ ਵਾਲਿਆਂ ਦਾ ਹੁਣ ਆਪਾਂ ਪ੍ਰਾਈਵੇ ਹਾਂਜੀ ਜਿਹੜੇ ਬੱਚੇ ਪ੍ਰਾਈਵੇਟ ਨੇ ਜਾਂ ਸੀਸੀ ਡਿਪਾਰਟਮੈਂਟ ਰਾਹੀਂ ਕਰ ਰਹੇ ਨੇ ਉਹਨਾਂ ਦੇ ਲਈ ਪਾਸ ਹੀ ਮਾਰਕਸ 35 ਕਿਉਂਕਿ ਤੁਹਾਨੂੰ ਐਗਜ਼ਾਮ ਆ ਜਿਹੜੇ ਕਿ 100 ਮਾਰਕਸ ਦਾ ਹਨ 100 ਮਾਰਕਸ ਦਾ ਤੁਹਾਨੂੰ ਐਗਜ਼ਾਮ ਆਣਾ ਜਿਹਦੇ ਵਿੱਚੋਂ 35 ਮਾਰਕਸ ਵਾਲਾ ਬੱਚਾ ਪਾਸ ਹੋਗਾ 35 ਅੰਕਾ ਵਾਲਾ ਸੋ ਸੇਮ ਤੁਹਾਨੂੰ ਇਹ ਵੀ ਇਹੀ ਇਹੀ ਪੋਇਮਸ ਨੇ ਇਹੀ ਤੁਹਾਨੂੰ ਗ੍ਰਾਮਰ ਸੈਕਸ਼ਨ ਆ ਤੁਹਾਨੂੰ ਜਿਹੜੇ ਕਿ ਇਹ ਕੁਐਸਚਨਸ ਜਿਹੜੇ ਸਮਰੀ ਵਾਲੇ ਆਉਣਗੇ 15 15 ਮਾਰਕਸ ਦੇ ਆਉਣਗੇ पंद्रा, पंद्रा आ, 15 15 ਅੰਕਾਂ ਦੇ ਦਿਨ ਤੁਹਾਨੂੰ ਜਿਹੜੇ ਕਿ ਸਟੈਂਜੇ 15 ਮਾਰਕਸ ਦੇ ਆਉਣਗੇ ਹੋ ਸਕਦਾ ਤੁਹਾਨੂੰ ਪਹਿਲਾਂ 8 ਦਾਜਵੇ ਜਾਂ 7 75 ਮਤਲਬ ਕਿ ਸਾਢੇ 7 ਮਾਰਕਸ ਤਾਂ ਵੀ ਆ ਸਕਦਾ ਇਹਨਾਂ ਨੇ ਲਿਖਿਆ ਹੋਇਆ 8 ਔਰ 7 ਮਾਰਕਸ ਤਾਂ ਵੀ 1 ਇਕੱਠ ਨੰਬਰ ਦਾ ਇੱਕ 7 ਨੰਬਰ ਦਾ ਟੋਟਲ 15 ਮਾਰਕਸ ਦੇ ਤੁਹਾਨੂੰ ਸਟੈਂਜੇ ਆਉਣਗੇ। ਦੈਨ ਤੁਹਾਡੇ ਜਿਹੜੀ ਪੰਜਾਬੀ ਕਰਨੀ ਆ ਪੰਜਾਬੀ ਤੁਹਾਨੂੰ 15 ਅੰਕਾਂ ਦੀ ਆਉਣੀ ਆ। ਠੀਕ ਆ ਪੰਜਾਬੀ ਤੋਂ ਅ ਇੰਗਲਿਸ਼ ਬਣਾਉਣੀ ਆ ਸੌਰੀ ਇੰਗਲਿਸ਼ ਤੋਂ ਪੰਜਾਬੀ ਬਣਾਉਣੀ ਆ। ਠੀਕ ਹੈ ਕਿਉਂਕਿ ਪਹਿਲਾਂ ਤੁਹਾਨੂੰ ਜਿਹੜਾ ਸਮੈਸਟਰ ਫਰਸਟ ਸੀ ਉਹਦੇ ਵਿੱਚ ਤੁਹਾਨੂੰ ਇੰਗਲਿਸ਼ ਆਈ ਸੀ ਇੰਗਲਿਸ਼ ਤੋਂ ਪੰਜਾਬੀ ਬਣਾਉਣੀ ਸੀ ਇੱਥੇ ਪੰਜਾਬੀ ਤੋਂ ਇੰਗਲਿਸ਼ ਬਣਾਉਣੀ ਹੈ ਪਹਿਲਾਂ ਪੰਜਾਬੀ ਹੋਊਗੀ ਦਿੱਤੀ ਹੋਈ ਨੂੰ ਤੁਸੀਂ ਇੰਗਲਿਸ਼ ਦੇ ਵਿੱਚ ਟਰਾਂਸਲੇਟ ਕਰਨਾ ਇਹਦੇ ਲਈ ਤੁਹਾਨੂੰ ਸੈਂਟੈਂਸ ਬਣਾਉਣ ਦੇ ਲਈ ਜਿਹੜੇ ਕਿ ਟੈਂਸ ਸਟਾਰਟ ਯਾਦ ਹੋਣਾ ਚਾਹੀਦਾ ਵੀ ਕਿਹੜੇ ਟੈਂਸ ਦੇ ਵਿੱਚ ਬਣਾਉਣਾ ਤੁਸੀਂ ਕਿਵੇਂ ਲਿਖਣੀਆਂ ਲਾਈਨਾਂ ਇਹ 15 ਅੰਕਾਂ ਦਾ ਹੋਊਗਾ ਥੈਨ ਤੁਹਾਨੂੰ ਜਿਹੜੇ ਕਿ ਯੂਨਿਟਸ ਜਿਹੜੀ ਗ੍ਰਾਮਰ ਸੈਕਸ਼ਨ ਆਉਣਗੇ ਗ੍ਰਾਮਰ ਦੇ ਵਿੱਚ ਤੁਹਾਨੂੰ 12 ਟਵੈਲਵ ਆਉਣਗੇ 12 A ਪਾਰਟ ਦੇ ਵਿੱਚੋਂ 12 B ਪਾਰਟ ਦੇ ਵਿੱਚੋਂ ਯੂ ਕੈਨ ਅਟੈਂਪਟ ਐਨੀ 10 10 ਤੁਸੀਂ ਕੋਈ 10 10 ਕਰਨੇ ਹੋਣਗੇ ਹਰ ਇੱਕ ਜਿਹੜਾ ਤੁਸੀਂ ਕਰੋਗੇ 2 2 ਮਾਰਕਸ ਦਾ ਹੋਗਾ ਤੇ ਤੁਹਾਡੀ ਗ੍ਰਾਮਰ ਹੈਗੀ 40 ਮਾਰਕਸ ਦੀ ਤੁਸੀਂ ਅਗਰ ਗ੍ਰਾਮਰ ਹੀ ਚੰਗੇ ਤਰੀਕੇ ਨਾਲ ਕਰਗੇ ਤਾਂ ਇੱਥੋਂ ਹੀ ਤੁਸੀਂ ਪਾਸ ਹੋ ਕਿਉਂਕਿ 35 ਅੰਕ ਚਾਹੀਦੇ ਨੇ ਪਾਸ ਹੋਣ ਲਈ ਤੇ ਤੁਸੀਂ ਗ੍ਰਾਮਰ ਚ ਵੀ ਪਾਸ ਹੋ ਜਾਵੋਗੇ ਗ੍ਰਾਮਰ ਨੂੰ ਚੰਗੇ ਤਰੀਕੇ ਨਾਲ ਕਰੋ ਤੇ ਜਿਹੜੀ B ਪਾਰਟ ਵਾਲੀ ਗ੍ਰਾਮਰ ਆ ਉਹ ਬਹੁਤ ਈਜ਼ੀ ਹੈ ਤੇ ਹੈ ਵੀ ਘੱਟ ਹੈ ਤੇ ਇਹ ਤੇ ਜ਼ਿਆਦਾ ਫੋਕਸ ਕਰੋ ਠੀਕ ਹੈ ਏਸੀ ਡਿਵਾਈਡੇਸ਼ਨ ਆਫ ਦੇ ਸ਼ਾਰਟ ਕੁਸਚਨ ਕੋਈ ਨਹੀਂ ਤੁਹਾਨੂੰ ਆਉਣਾ ਹੈਗਾ ਇਹੀ ਤੁਹਾਡਾ ਸਿਲੇਬਸ ਹੈ ਵੈਰੀ ਸ਼ਾਰਟ ਕੋਈ ਕੁਸਚਨ ਨਹੀਂ ਹੈਗੇ ਠੀਕ ਆ ਨਾ ਰੈਗੂਲਰ ਵਾਲੇ ਬੱਚਾ ਨੂੰ ਤੇ ਨਾ ਹੀ ਪ੍ਰਾਈਵੇਟ ਵਾਲੇ ਬੱਚਾ ਨੂੰ ਥੈਂਕਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਥੈਂਕਸ